ਸਾਡੇ ਤੇ ਸੁਲਹੀ ਵਰਗਿਆਂ ਨੂੰ ਮਿੱਟੀ ਚ ਮਿਲਾ ਦਿੰਦਾ ਹੈ। ਬਾਣੀ ਦੇ ਵਿੱਚ ਫੁਰਮਾਨ ਆਉਂਦਾ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੁੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਹਾਕ, ਪੁੱਤਰ ਮੀਤ ਤਨ ਕਿਸ਼ੂ ਨ ਰਹਿਓ, ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਜਿਨ ਜਨਕਾ ਕੀਨੋ ਪੂਰਨ ਵਾਕ। ਗੁਰੂ ਅਰਜਨ ਸਾਹਿਬ ਕਹਿੰਦੇ ਬਲਿਹਾਰੇ ਜਾਵਾਂ, ਇੱਕ ਬਚਨ ਕਿਹਾ ਸੀ ਵੀ ਸੁਲਹੀ ਸਾਡੇ ਤੱਕ, ਸਾਡੇ ਸਿੱਖਾਂ ਤੱਕ ਨੁਕਸਾਨ ਪਹੁੰਚਾਉਣ ਦੇ ਲਈ, ਕਤਲੋ ਗੈਰਤ ਮਚਾਉਣ ਦੇ ਲਈ ਪਹੁੰਚ ਨਹੀਂ ਪਾਵੇਗਾ, ਰਸਤੇ ਵਿੱਚ ਹੀ ਉਹਦਾ ਅੰਤ ਹੋ ਜਾਵੇਗਾ। ਅਤੇ ਮੈਂ ਬਲਿਹਾਰੇ ਹਾਂ ਗੁਰੂ ਨਾਨਕ ਤੋਂ, ਜਿਹਨੇ ਮੇਰੇ ਇਸ ਬਚਨ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਪੂਰਾ ਕੀਤਾ ਹੈ। ਸੜ ਕੇ ਮਰ ਗਿਆ ਸੀ ਭੱਠੇ ਦੇ ਵਿੱਚ, ਲੰਮਾ ਇਤਿਹਾਸ ਹੈ। ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਜਿਨ ਜਨਕਾ ਕੀਨੋ ਪੂਰਨ ਵਾਕ। ਘਰ ਦੇ ਵਿੱਚ ਜਦੋਂ ਰੌਲਾ ਪੈ ਜਾਵੇ ਨਾ, ਸ਼ਰੀਕੇ ਬਾਜੀ ਜਦੋਂ ਵੱਧ ਜਾਵੇ, ਤੇ ਫਿਰ ਸਾਡਾ ਸੁਭਾਅ ਹੈ ਵੀ ਅਸੀਂ ਸਾਹਮਣੇ ਨੂੰ ਵੇਖਣਾ ਪਸੰਦ ਨਹੀਂ ਕਰਦੇ। ਹਜੇ ਕਿ ਲਹੂ ਇੱਕ ਹੀ ਹੁੰਦਾ ਹੈ, ਚਾਹੇ ਉਹ ਤਖਤ ਦਾ ਰੌਲਾ ਹੋਵੇ, ਜਾਇਦਾਦ ਦਾ, ਦੌਲਤਾਂ ਸ਼ੌਹਰਤਾਂ ਦਾ, ਰੁਤਬਿਆਂ ਦਾ ਹੋਵੇ। ਜਿਹੜੇ ਕਦੀ ਆਪਣੇ ਸੀ, ਇੰਨੀ ਨਫ਼ਰਤ ਪੈਦਾ ਹੋ ਜਾਂਦੀ ਹੈ, ਵੇਖਣਾ ਨਹੀਂ ਚਾਹੁੰਦੇ ਉਹਦੇ ਵੱਲ ਅਸੀਂ। ਹੁਣ ਪ੍ਰਿਥਵੀ ਚੰਦ ਗੁਰੂ ਪਾਤਸ਼ਾਹ ਨਾਲ ਨਫ਼ਰਤ ਕਰਦਾ ਹੈ, ਔਰ ਗੁਰਤਾ ਦੇ ਤਖ਼ਤ ਨੂੰ ਦੁਨਿਆਵੀ ਤਖ਼ਤ ਸਮਝਦਾ ਹੈ ਵੀ ਜਿਵੇਂ ਵੱਡੇ ਕਾਕੇ ਨੂੰ ਰਾਜੇ ਤੋਂ ਬਾਅਦ ਪੱਗ ਮਿਲ ਜਾਂਦੀ ਹੈ ਤਾਂ ਮੈਨੂੰ ਮਿਲਣੀ ਚਾਹੀਦੀ ਸੀ, ਮੈਂ ਵੱਡਾ ਜੂ ਹਾਂ, ਉਮਰ ਵਿੱਚ ਵੱਡਾ ਹੈ, ਗੁਰੂ ਰਾਮਦਾਸ ਦਾ ਲਖਤੇ ਜਿਗਰ ਹੈ। ਪਰ ਇਹ ਦੁਨਿਆਵੀ ਤਖ਼ਤ ਹੈ ਨਹੀਂ ਹੈ, ਇਹ ਤਾਂ ਸੇਵਾ ਅਤੇ ਸਿਮਰਨ ਨਾਲ ਮਿਲਦਾ ਹੈ, ਉਮਰਾਂ ਨਾਲ ਨਹੀਂ। ਜੇ ਉਮਰਾਂ ਨਾਲ ਤਖ਼ਤ ਮਿਲਦਾ ਹੁੰਦਾ ਤਾਂ 5 ਸਾਲਾਂ ਦੇ ਗੁਰੂ ਹਰਿਕ੍ਰਿਸ਼ਨ ਨੂੰ ਮਿਲਣਾ ਨਹੀਂ ਸੀ ਚਾਹੀਦਾ ਹੈ, ਇਹ ਬੰਦਗੀ ਦੇ ਨਾਲ ਤਖ਼ਤ ਮਿਲਦਾ ਹੈ, ਸਿਮਰਨ ਦੇ ਨਾਲ, ਸੇਵਾ ਦੇ ਨਾਲ ਤਖ਼ਤ ਮਿਲਦਾ ਹੈ। ਯਾਦ ਰੱਖਿਓ ਸੁਲਹੀ ਕਿਉਂ ਚੜ੍ਹ ਕੇ ਆਉਣ ਲੱਗਾ ਹੈ ਗੁਰੂ ਪਾਤਸ਼ਾਹ ਵੱਲ ਨੂੰ, ਕਿਉਂਕਿ ਪ੍ਰਿਥਵੀ ਚੰਦ ਨੂੰ ਸਪੋਰਟ ਮਿਲ ਗਈ ਹੈ ਜਹਾਂਗੀਰ ਦੀ ਵੀ ਤੂੰ ਵੱਡਾ ਹੈ, ਤੈਨੂੰ ਤਖ਼ਤ ਦਵਾਵਾਂਗੇ। ਫੌਜਾਂ ਲੈ ਕੇ ਸੁਲਹੀ ਆ ਗਿਆ ਵੀ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਦੇਣਾ ਹੈ, ਸਿਰ ਧੜ ਨਾਲੋਂ ਜੁਦਾ ਕਰ ਦੇਣਾ ਹੈ। ਖਬਰ ਦੇ ਦਿੱਤੀ ਸਿੱਖਾਂ ਨੇ ਜੀ ਉਹ ਪ੍ਰਿਥਵੀ ਚੰਦ ਕੋਲ ਠਹਿਰਿਆ ਹੈ। ਹੁਣ ਜਿਵੇਂ ਤਕੜੇ ਬੰਦਿਆਂ ਦਾ ਸੁਭਾਅ ਹੁੰਦਾ, ਉਹ ਤੁਹਾਨੂੰ ਕੋਠੀਆਂ ਕਾਰਾਂ ਵਿਖਾਈਏ, ਮਹਿਲ ਮਾੜੀਆਂ ਵਿਖਾਈਏ, ਜਦੋਂ ਕੋਈ ਘਰ ਪ੍ਰਾਹੁਣਾ ਆਇਆ ਹੋਵੇ ਤੁਰ ਪੈਂਦੇ ਵਿਖਾਉਣ ਵੀ ਇੰਨੀ ਜਾਇਦਾਦ ਹੈ ਸਾਡੇ ਕੋਲ ਆ ਹੈ। ਪ੍ਰਿਥਵੀ ਚੰਦ ਕਹਿੰਦਾ ਵੀ ਇਹ ਤੇ ਠੀਕ ਹੈ, ਤਖ਼ਤ ਤੂੰ ਮੈਨੂੰ ਦਵਾ ਦੇਵੇਂਗਾ, ਮੇਰੇ ਭਾਈ ਦਾ ਤੂੰ ਖਾਤਮਾ ਕਰ ਦੇਵੇਂਗਾ, ਚੱਲ ਤੈਨੂੰ ਵਿਖਾਵਾਂ ਮੈਂ ਆਪਣਾ ਜਿਹੜਾ ਕਾਰੋਬਾਰ ਹੈ। ਸਭ ਆਪਣੇ ਮਹਿਲ ਮਾੜੀਆਂ ਕਾਰੋਬਾਰ ਵਿਖਾ ਕੇ ਤੇ ਭੱਠੇ ਕੋਲ ਲੈ ਗਿਆ, ਭੱਠੇ ਕੋਲ। ਭੱਠਾ ਵੇਖਣ ਲੱਗਾ ਜਿਹੜਾ ਸੁਲਹੀ ਸੀ, ਫੌਜਾਂ ਦੇ ਸਮੇਤ ਆਇਆ ਸੀ, ਆਗੂ ਸੀ ਫੌਜ ਦਾ, ਘੋੜੇ ਤੋਂ ਨਹੀਂ ਉਤਰਿਆ ਤੇ ਘੋੜੇ ਨੂੰ ਸਿੱਧਾ ਆਵੇ ਦੇ ਉੱਤੇ ਲੈ ਕੇ ਚੜ੍ਹ ਗਿਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਸਿੱਖਾਂ ਦੱਸ ਦਿੱਤਾ ਜੀ ਸੁਲਹੀ ਆ ਰਿਹਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਪਹੁੰਚ ਨਹੀਂ ਸਕੇਗਾ, ਤੁਹਾਨੂੰ ਨਹੀਂ ਪਤਾ ਵੀ ਪਰਦੇ ਉਲੇ ਕੀ ਹੈ, ਭਵਿੱਖ ਵਿੱਚ ਕੀ ਵਾਪਰੇਗਾ। ਪਰ ਜਿਹੜੀ ਗੁਰੂ ਦੀ ਤਾਕਤ ਹੈ, ਗੁਰੂ ਹਰ ਜਗ੍ਹਾ 'ਤੇ ਹਾਜ਼ਰ ਨਾਜ਼ਰ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਗੁਰੂ ਮੌਜੂਦ ਨਹੀਂ ਹੈ, ਕੋਈ ਐਸਾ ਸਮਾਂ ਨਹੀਂ, ਭਾਵੇਂ ਫਿਊਚਰ ਹੈ, ਪਾਸਟ ਹੈ, ਪ੍ਰੈਜ਼ੈਂਟ ਹੈ, ਕੋਈ ਐਸਾ ਸਮਾਂ ਨਹੀਂ ਜਿੱਥੇ ਗੁਰੂ ਦੀ ਹੋਂਦ ਬਰਕਰਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਓ ਵੀ ਕੀ ਗੁਰੂ ਨਾਨਕ ਸਿਰਫ 550 ਸਾਲ ਪਹਿਲਾਂ ਹੀ ਦੁਨੀਆਂ 'ਤੇ ਆਏ ਨੇ? ਇਹ ਠੀਕ ਹੈ
ਵੀ ਇੱਕ ਮੁਜੱਸਮਾ ਤਿਆਰ ਹੋਇਆ ਜਿਹਦਾ ਨਾਮ ਨਾਨਕ ਨਿਰੰਕਾਰੀ ਹੈ, ਉਹਦੇ ਵਿੱਚ ਪਰਮਾਤਮਾ ਆ ਕੇ ਬਹਿ ਗਿਆ, ਨਿਰਗੁਣ ਸਰੂਪ ਉਸ ਸਰੀਰ ਵਿੱਚ ਬੈਠਾ, ਉਹ ਸਰਗੁਣ ਹੋ ਕੇ ਦੁਨੀਆਂ 'ਤੇ ਗੁਰੂ ਨਾਨਕ ਕਹਿਲਾਇਆ ਕਿ ਇਦੋਂ ਪਹਿਲਾਂ ਰੱਬ ਨਹੀਂ ਹੈ। ਕਹਿੰਦੇ ਗੁਰੂ ਨਾਨਕ ਨੂੰ ਤੇਰੀ ਨਜ਼ਰ ਪਿੱਛੋਂ ਤੱਕ ਨਹੀਂ ਦੇਖ ਪਾਈ, ਗੁਰੂ ਨਾਨਕ ਤੇ ਚੌਹਾਂ ਯੁੱਗਾਂ ਤੋਂ ਮੌਜੂਦ ਹੈ, ਤੂੰ ਸਤਿਗੁਰ ਚੌਹਾਂ ਯੁੱਗੀ ਆਪ ਆਪੇ ਪਰਮੇਸ਼ਰ, ਤੂੰ ਚੌਹਾਂ ਯੁੱਗਾਂ ਦਾ ਮਾਲਕ ਹੈ, ਆਦ ਤੋਂ ਤੂੰ ਦੁਨੀਆਂ ਦਾ ਬ੍ਰਹਿਮੰਡ ਦਾ ਰਚਨਹਾਰ ਹੈ। ਠੀਕ ਹੈ, ਸਰੀਰ ਗੁਰੂ ਨਾਨਕ ਦਾ ਧਾਰਿਆ ਹੈ 550 ਸਾਲ ਪਹਿਲਾਂ, ਉਦੋਂ ਪਹਿਲਾਂ ਵੀ ਜੋਤ ਸਰੂਪ ਵਿੱਚ ਮੌਜੂਦ ਹੈ ਤੂੰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਨੇ ਭਵਿੱਖ ਵਿੱਚ ਕੀ ਆਉਣਾ ਹੈ, ਤੁਹਾਨੂੰ ਤੇ ਮੈਨੂੰ ਨਹੀਂ ਪਤਾ। ਕਹਿੰਦੇ ਪਹੁੰਚ ਨਹੀਂ ਪਾਵੇਗਾ ਸਾਡੇ ਤੱਕ, ਨਹੀਂ ਪਹੁੰਚੇਗਾ। ਉੱਥੇ ਬਚਨ ਕੀ ਕੀਤਾ ਧਿਆਨ ਦਿਓ, ਮਹਾਰਾਜ ਕੀ ਉਪਾਅ ਹੈ ਉਹਦੇ ਕੋਲ? ਬੜੀਆਂ ਤਲਵਾਰਾਂ, ਬੜੇ ਚੰਗੇ ਸ਼ਸਤਰ, ਬੜੀਆਂ ਫੌਜਾਂ ਨੇ, ਸੈਂਕੜੇ ਫੌਜਾਂ ਲੈ ਕੇ ਆਇਆ ਹੈ। ਮਹਾਰਾਜ ਕਹਿੰਦੇ ਨੇ ਜਿਸ ਅਕਾਲ ਪੁਰਖ ਨੇ ਆਪਣੇ ਤਖਤ ਦੇ ਉੱਤੇ ਪੰਜਵਾਂ ਸਰਗੁਣ ਸਰੂਪ ਬਣਾ ਕੇ ਸਾਨੂੰ ਬਿਠਾਉਣਾ ਕੀਤਾ ਹੈ, ਸੁਲਹੀ ਪਾਸੋਂ ਸਾਨੂੰ ਉਹ ਰੱਖ ਲਵੇਗਾ। ਸੁਲਹੀ ਤੇ ਨਾਰਾਇਣ ਰਾਗ, ਸਤਿਗੁਰੂ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰਸਿੱਖ, ਉਹਦੀ ਬਾਣੀ ਵਿੱਚ ਕਿੰਨੀ ਤਾਕਤ ਹੈ। ਬਾਣੀ ਕੀ ਹੈ? ਸੰਸਕ੍ਰਿਤ ਦਾ ਲਫ਼ਜ਼ ਹੈ ਵਾਣੀ, ਅਲਫਾਜ਼ ਜੋ ਗਿਰੇਬਾਨ ਤੋਂ ਨਿਕਲਦੇ ਨੇ, ਜੋ ਅਸੀਂ ਬੋਲਦੇ ਹਾਂ ਉਹ ਬਾਣੀ ਹੈ, ਜੋ ਗੁਰੂ ਬੋਲਦਾ ਹੈ ਉਹ ਗੁਰਬਾਣੀ ਹੈ। ਹੁਣ ਧਿਆਨ ਦਿਓ, ਦੀਨ ਦੁਨੀਆਂ ਦੇ ਮਾਲਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਖਣ ਲੱਗੇ ਸੁਲਹੀ ਤੇ ਨਾਰਾਇਣ ਰਾਖ ਅਕਾਲ ਪੁਰਖ ਰੱਖੇਗਾ, ਸਾਡਾ ਨਿਰਗੁਣ ਸਰੂਪ ਰੱਖੇਗਾ। ਅੱਛਾ ਮਹਾਰਾਜ ਕੀ ਹੋਵੇਗਾ? ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਕਹਿੰਦੇ ਦੇਖੋ ਸਾਡੇ ਗਿਰੇਬਾਨ ਤੱਕ ਪਹੁੰਚਣਾ ਚਾਹੁੰਦਾ ਹੈ, ਸਾਡਾ ਸਿਰ ਧੜ ਨਾਲੋਂ ਜੁਦਾ ਕਰਨਾ ਚਾਹੁੰਦਾ ਹੈ, ਸਾਡੇ ਪਿਆਰਿਆਂ ਸਿੱਖਾਂ ਦਾ ਖਾਤਮਾ ਕਰਨਾ ਚਾਹੁੰਦਾ ਹੈ, ਗੁਰੂ ਘਰ ਦਾ ਫਕੀਰਾਂ ਦਾ ਤਖਤ ਮੱਲਣਾ ਚਾਹੁੰਦਾ, ਇੱਥੋਂ ਤੱਕ ਹੱਥ ਨਹੀਂ ਪਹੁੰਚੇਗਾ ਉਹਦਾ, ਇਹ ਹੋਵੇਗਾ ਕੀ? ਕਹਿੰਦੇ ਸੁਲਹੀ ਹੋਏ ਮੂਆ ਨਾ ਪਾਕ, ਮਰੇਗਾ ਤੇ ਜ਼ਰੂਰ ਪਰ ਇਸਲਾਮ ਜਗਤ ਵਿੱਚ ਜਿਸ ਮੌਤ ਨੂੰ ਨਾਪਾਕ, ਭੈੜੀ, ਭੱਦੀ ਮੌਤ, ਅਪਵਿੱਤਰ ਮੌਤ ਸਮਝਿਆ ਜਾਂਦਾ ਹੈ, ਉਹ ਮੌਤ ਆਵੇਗੀ ਇਸ ਨੂੰ। ਕਹਿੰਦੇ ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ, ਨਾ ਪੁੱਤਰ ਨਾ ਧੀਆਂ ਨਾ ਸਾਗ ਨਾ ਸੰਬੰਧੀ ਨਾ ਸੱਜਣ ਨਾ ਮਿੱਤਰ ਨਾ ਸਿਪਾਹੀ, ਸਾਰਿਆਂ ਨੂੰ ਛੱਡ ਗਿਆ ਹੈ, ਕੋਈ ਬਾਂਹ ਫੜ ਨਹੀਂ ਸਕਿਆ। ਇਹ ਬਚਨ ਕਰ ਦਿੱਤਾ ਹੈ ਗੁਰੂ ਅਰਜਨ ਸਾਹਿਬ ਨੇ। ਹੋਇਆ ਕੀ ਹੈ? ਭੱਠਾ ਵੇਖਣ ਲੱਗਾ, ਦੇਵ ਨੇ ਤੈਸੀ ਹੋਈ ਮਤ ਐਸੀ ਮਾਰੀ ਗਈ ਉਸ ਬੰਦੇ ਦੀ, ਕਿਉਂਕਿ ਰੱਬ ਜਦੋਂ ਉਲਟ ਚੱਲ ਪਵੇ ਤੇ ਫਿਰ ਮਤ ਮਾਰੀ ਜਾਂਦੀ ਹੈ। ਆਂਦੇ ਹੁੰਦੇ ਨਾ ਕਹਾਵਤ ਹੈ ਵੀ ਲੱਤ ਥੋੜਾ ਮਾਰਦਾ ਰੱਬ ਮਤ ਮਾਰਦਾ ਹੈ, ਕਈਆਂ ਦੀ ਤੁਸੀਂ ਮਰਦੀ ਵੇਖੀ ਹੈ, ਕਈਆਂ ਦੀ ਮਤ ਮਰਦੀ ਵੇਖੀ ਹੈ। ਯਾਦ ਰੱਖਿਓ, ਲੱਤ ਮਾਰ ਦੇਵੇ ਤੇ ਏਡਾ ਨੁਕਸਾਨ ਨਹੀਂ ਹੈ, ਮਤ ਮਾਰ ਦੇਵੇ ਤੇ ਫਿਰ ਉੱਠਣ ਜੋਗੇ ਨਹੀਂ ਛੱਡਦਾ। ਸਾਡੇ ਜੀ ਕਈਆਂ ਪ੍ਰਚਾਰਕਾਂ ਦੀ ਮਤ ਮਾਰ ਦਿੱਤੀ ਉਸਨੇ, ਜਿਹੜੇ ਕੱਲ ਜੈ ਜੈਕਾਰ ਦੇ ਨਾਰੇ ਲਾਉਂਦੇ ਸੀ ਨਾਨਕ ਨਿਰੰਕਾਰੀ ਦੇ, ਅੱਜ ਮਾਮੂਲੀ ਬੰਦਾ ਕਹਿ ਰਹੇ ਨੇ ਉਸਨੂੰ। ਜਿਹੜੇ ਕਹਿੰਦੇ ਸੀ ਖੰਡੇ ਦੀ ਪੌਲ ਨਾਲ ਬਚਿੱਤਰ ਸਿੰਘ ਹਾਥੀ ਢਾ ਲੈਂਦਾ, ਅੱਜ ਕਹਿੰਦੇ ਨੇ ਨਾ ਕਿਤੇ ਹਾਥੀ ਬੰਦਿਆਂ ਤੋਂ ਮਰਦੇ ਨੇ। ਜਿਹੜੇ ਕੱਲ ਕਹਿੰਦੇ ਸੀ ਗੁਰੂ 125,000 ਨਾਲ ਲੜਾਉਂਦਾ, ਐਸੀ ਮਤ ਮਾਰੀ ਗਈ ਹੈ, ਚਾਰ ਟੁਕੜੇ ਕੀ ਪੈ ਜਾਂਦੇ ਨੇ ਝੋਲੀ 'ਚ ਏਜੰਸੀਆਂ ਦੇ, ਕਹਿੰਦੇ ਨਾ ਝੂਠੇ ਇਤਿਹਾਸ, ਝੂਠੀਆਂ ਗੱਲਾਂ, ਕਿਤੇ ਲੱਖਾਂ ਨਾਲ ਕੋਈ ਲੜਿਆ ਹੈ, ਮਤ ਮਾਰ ਦਿੰਦਾ ਹੈ। ਤੇ ਜਦੋਂ ਮਤ ਮਰ ਗਈ ਫਿਰ ਲੱਖਾਂ ਵਾਲੇ ਕੱਖਾਂ 'ਚ ਰੁਲਦੇ ਨੇ, ਯਾਦ ਰੱਖੀ। ਗੁਰੂ ਅਰਜਨ ਸਾਹਿਬ ਕਹਿੰਦੇ ਕੱਖ ਪੱਲੇ ਨਹੀਂ ਰਹੇਗਾ ਉਸਦੇ। ਅੱਛਾ ਹੋਇਆ ਕੀ?
ਆਵੇ ਤੱਤੇ ਤੇ ਚੜ ਗਿਆ ਘੋੜਾ ਲੈ ਕੇ ਤੇ ਕਾਲਾ ਬੜਾ ਸੀ, ਕਟਾਰ ਕੱਢ ਕੇ ਹੱਥ ਵਿੱਚ ਫੜੀ ਸੀ ਵੀ ਸਿਰ ਲਾ ਕੇ ਖੜਨਾ ਹੈ। ਕਿਹਦਾ ਸਿਰ ਲਾਉਣ ਨੂੰ ਫਿਰਦਾ ਹੈ? ਇੱਕ ਕੀਟ ਸਿਰ ਪਤਾ ਕਿਹਦਾ ਲਾਉਣ ਆਇਆ ਹੈ? ਗੁਰ ਅਰਜਨ ਪ੍ਰਤੱਖ ਹਰ, ਜੋ ਪਰਮਾਤਮਾ ਦਾ ਪੰਜਵਾਂ ਅਵਤਾਰ ਹੈ ਗੁਰੂ ਅਰਜਨ, ਉਹਨੂੰ ਮਾਮੂਲੀ ਬੰਦਾ ਵੱਢਣ ਆ ਗਿਆ ਜੇ ਅੱਜ। ਇਹੋ ਜਿਹਾ ਹੀ ਸੁਪਨਾ 10 ਲੱਖ ਫੌਜ ਕਲਗੀਧਰ ਦੇ ਸਾਹਮਣੇ ਲੈ ਕੇ ਆਈ ਸੀ, ਮਿੱਟੀ 'ਚ ਮਿਲਾ ਦਿੱਤੇ ਸੀ ਸਭ ਸੁਪਨੇ ਉਹਦੀ ਤੀਰ ਦੀ ਧਾਰ ਨੇ। ਕੌਣ ਰੱਬ ਨੂੰ ਕੌਣ ਮਾਰ ਸਕਦਾ ਹੈ? ਅਵਤਾਰੀ ਤਾਕਤ ਗੁਰੂ ਗੋਬਿੰਦ ਸਿੰਘ, ਗੁਰੂ ਅਰਜਨ ਪਾਤਸ਼ਾਹ ਮਰਜ਼ੀ ਨਾਲ ਆਏ ਨੇ। ਚਿੱਤ ਕੀਤਾ ਦੇ ਤਤੀ ਤਵੀ 'ਤੇ ਬਹਿ ਜਾਵੇ, ਚਿੱਤ ਕੀਤਾ ਚਾਂਦਨੀ ਚੌਂਕ ਬਹਿ ਜਾਵੇ, ਬਸ ਉਹ ਚਾਹਵੇ ਤਾਂ ਦੁਨੀਆਂ ਤੋਂ ਜਾਂਦਾ ਹੈ, ਨਹੀਂ ਤਾਂ ਖੁਦਾ ਨੂੰ ਅਵਤਾਰੀ ਪੁਰਸ਼ ਨੂੰ ਦੁਨੀਆਂ ਤੋਂ ਭੇਜਣ ਵਾਲਾ ਕੋਈ ਪੈਦਾ ਨਹੀਂ ਹੋਇਆ। ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਜਾਂਦੇ ਨੇ। ਸਾਡੇ ਵਾਂਗੂ ਨਹੀਂ ਹੈ ਵੀ ਕਰਮਾਂ ਦੀ ਮਾਰ ਭੋਗਣ ਆਏ ਅਤੇ ਕਰਮਾਂ ਦੀ ਮਾਰ ਖਾਣ ਲਈ ਪਰਲੋਕ ਵਿੱਚ ਚਲੇ ਗਏ। ਸਾਡੇ ਵਾਲੀ ਖੇਡ ਨਹੀਂ ਹੈ, ਉਹ ਕੁਝ ਵੱਖਰੇ ਨੇ। ਜਨਮ ਮਰਨ ਦੁਹੂ ਮੈਂ ਨਾਹੀਂ, ਜਨ ਪਰੇ ਉਪਕਾਰੀ ਆਏ, ਉਹ ਜੰਮਣ ਮਰਨ ਤੋਂ ਰਹਿਤ ਨੇ। ਆਵੇ ਤੇ ਚੜ ਗਿਆ ਘੋੜਾ ਲੈ ਕੇ, ਜਦੋਂ ਆਵੇ ਤੇ ਘੋੜਾ ਲੈ ਕੇ ਚੜ ਗਿਆ ਨਾ, ਘੋੜੇ ਦਾ ਭਾਰ ਆਵਾ ਸਹਾਰ ਨਹੀਂ ਸਕਿਆ, ਪੌੜਾਂ ਦੀ ਧਮਕ ਦੇ ਨਾਲ ਆਵਾ ਕੱਚਾ ਡਿੱਗ ਪਿਆ। ਉਹ ਬਲ ਦੇ ਭੱਠ ਦੇ ਅੰਦਰ ਘੋੜਾ ਸਣੇ ਸੁਲਹੀ ਨੂੰ ਲੈ ਕੇ ਜਦੋਂ ਡਿੱਗਿਆ ਨਾ, ਉਲਟ ਕੇ ਜਦੋਂ ਘੋੜਾ ਆਵੇ ਵਿੱਚ ਡਿੱਗਿਆ ਤੇ ਜਿਹੜੀ ਕਟਾਰ ਹੱਥ ਵਿੱਚ ਫੜੀ ਸੀ ਜਦੋਂ ਘੋੜੇ ਦੇ ਥੱਲੇ ਆ ਗਿਆ, ਉਹੀ ਗਿਰੇ ਬਾਂ ਤੇ ਫਿਰ ਗਈ ਤੇ ਸਿਰ ਲੈ ਗਿਆ। ਜਿਹੜੀ ਐ ਚੁੱਕ ਕੇ ਫਿਰਦਾ ਸੀ ਵੀ ਮੈਨੂੰ ਛੇਤੀ ਬੜੀ ਹੈ, ਕਹਿੰਦਾ ਪ੍ਰਿਥਵੀ ਚੰਦਾ ਮੈਂ ਸਿਰ ਲਾਉਣਾ ਹੈ ਤੇਰੇ ਵੀਰ ਦਾ, ਤੈਨੂੰ ਤਖ਼ਤ ਦਿਵਾਉਣਾ ਹੈ। ਕਟਾਰ ਸਿਰ ਤੇ ਫਿਰ ਗਈ, ਘੋੜੇ ਦੇ ਥੱਲੇ ਨੱਪਿਆ ਹੈ। ਹੁਣ ਤੁਸੀਂ ਆਖੋਗੇ ਨਾਪਾਕ ਮੌਤ ਕਿਵੇਂ ਹੈ, ਬਚਨ ਕਿਵੇਂ ਪੂਰਾ ਹੈ? ਉਹ ਤੇ ਕਹਿੰਦੇ ਸੀ ਨਾਪਾਕ ਮੌਤ ਮਰੇਗਾ। ਦੇਖੋ ਇਸਲਾਮ ਜਗਤ ਦੀ ਮਰਿਆਦਾ ਹੈ, ਜਿਹੜਾ ਬੰਦਾ ਮਰਦਾ ਹੈ ਨਾ, ਜੇ ਇਹਨੂੰ ਅੱਗ ਵਿੱਚ ਜਲਾ ਦਿਓ ਤੇ ਕਹਿੰਦੇ ਨੇ ਅਪਵਿੱਤਰ ਮੌਤ ਹੈ। ਹੁਣ ਸਿੱਖ ਜਗਤ ਸੰਸਕਾਰ ਕਰਦਾ ਇਸਲਾਮ, ਇਸਲਾਮ ਮਤ ਕਬਰ ਵਿੱਚ ਦੱਬਦੇ ਨੇ, ਤੇ ਜੇ ਰੱਬ ਨਾ ਕਰੇ ਕਿਸੇ ਮੁਸਲਮਾਨ ਨੂੰ ਅੱਗ ਲੱਗ ਜਾਵੇ, ਮੌਤ ਤੋਂ ਬਾਅਦ ਲੱਗ ਜਾਵੇ ਜਾਂ ਅੱਗ ਦੇ ਨਾਲ ਮਰ ਜਾਵੇ, ਕਹਿੰਦੇ ਨਾਪਾਕ ਹੋ ਕੇ ਮਰਿਆ ਹੈ, ਉਹ ਅਪਵਿੱਤਰ ਸਮਝਦੇ ਨੇ ਅੱਗ ਨੂੰ, ਅੱਗ ਦੇ ਲੱਗਣ ਨੂੰ। ਮਹਾਰਾਜ ਕਹਿੰਦੇ ਫਿਰ ਜਿੱਦਾਂ ਇਸਲਾਮ ਜਗਤ ਵਿੱਚ ਅੱਗ ਨਾਲ ਸੜਿਆ ਬੰਦਾ, ਅੱਗ ਨਾਲ ਮਰਿਆ ਬੰਦਾ ਨਾਪਾਕ ਸਮਝਿਆ ਜਾਂਦਾ ਏ, ਕਹਿੰਦੇ ਇੱਦਾਂ ਨਾਪਾਕ ਹੋ ਕੇ ਮਰੇਗਾ। ਉਹੀ ਬਚਨ ਅਟਲ ਹੋਇਆ, ਘੋੜਾ ਸਣੇ ਸੁਲਹੀ ਆਵੇ ਵਿੱਚ ਡਿੱਗਾ ਤੇ ਅੱਗ ਵਿੱਚ ਸੜ ਕੇ ਮਰ ਗਿਆ। ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਗਵੇਂ ਦੇ ਹੀ ਰਹਿ ਗਏ, ਪੁੱਤਰ ਮਿੱਤਰ ਸੱਜਣ ਸਿਪਾਹੀ ਕੱਖ ਪੱਲੇ ਨਹੀਂ ਪਿਆ। ਸਿੱਖਾਂ ਨੇ ਜਾ ਕੇ ਖਬਰ ਦਿੱਤੀ, ਕਹਿੰਦੇ ਗੁਰੂ ਅਰਜਨ ਪਾਤਸ਼ਾਹ ਤੁਹਾਡਾ ਬਚਨ ਪੂਰਾ ਹੋ ਗਿਆ, ਸੁਲਹੀ ਪਹੁੰਚ ਨਹੀਂ ਪਾਇਆ ਤੁਹਾਡੇ ਤਾਈਂ। ਕਹਿੰਦੇ ਨਹੀਂ, ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈ। ਨਿਮਰਤਾ ਵੇਖੋ ਗੁਰੂ ਦੀ, ਕੁੱਲ ਕਾਇਨਾਤ ਦਾ ਮਾਲਕ ਹੋਵੇ ਤੇ ਕਹਿੰਦੇ ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈ। ਮਹਾਰਾਜ ਫਿਰ ਇਹ ਬਚਨ ਤੇ ਤੁਸੀਂ ਕੀਤਾ ਹੈ? ਕਹਿੰਦੇ ਬਚਨ ਤੇ ਮੈਂ ਕੀਤਾ ਹੈ, ਪਰ ਮੇਰੇ ਬਚਨਾਂ ਦੇ ਵਿੱਚ ਬਰਕਤ ਜਿਹੜੀ ਹੈ ਗੁਰੂ ਨਾਨਕ ਦੀ ਭਰੀ ਹੈ। ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਜਿਨ ਜਨ ਕਾ ਕੀਨੋ ਪੂਰਨ ਵਾਕ। ਇਹ ਲਫ਼ਜ਼ ਲਿਖਣਾ ਹੀ ਨਹੀਂ ਸੀ, ਯਾਦ ਰੱਖਿਓ ਜੇ ਸੁਲਹੀ ਦੇ ਮਰਨ ਤੋਂ ਬਾਅਦ ਬਾਣੀ ਉਚਾਰੀ ਹੁੰਦੀ ਨਾ, ਤੇ ਇਹ ਲਫ਼ਜ਼ ਲਿਖਣਾ ਹੀ ਨਹੀਂ ਸੀ। ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਜਨ ਜਨ ਕਾ ਕੀਨੋ ਪੂਰਨ ਵਾਕ। ਇਹਦਾ ਮਤਲਬ ਜੇ ਕੋਈ ਵਾਕ ਕੀਤਾ ਹੈ ਤੇ ਫਿਰ ਹੀ ਕਹਿ ਰਹੇ ਨੇ ਨਾ ਬਲਿਹਾਰੇ ਜਾਵਾਂ ਗੁਰੂ ਨਾਨਕ ਦੇ, ਜਿਹਨੇ ਵਾਕ ਪੂਰੇ ਕੀਤੇ ਮੇਰੇ। ਵਾਕ ਕੀ ਕੀਤਾ ਸੀ, ਵਾਕ ਕੀ ਕੀਤਾ ਸੀ? ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ ਹੋ ਕੇ ਮਰ ਜਾਵੇ। ਉਹ ਕਹਿੰਦੇ ਮੂਆ ਨਾ ਪਾਕ, ਤੇ ਜਦੋਂ ਨਾ ਪਾਕ ਹੋ ਕੇ ਮਰ ਗਿਆ, ਅਖੀਰਲੀ ਪੰਕਤੀ ਫਿਰ ਜਦੋਂ ਸਿੱਖਾਂ ਖਬਰ ਦਿੱਤੀ ਜੀ ਮਿੱਟੀ 'ਚ ਰੁਲ ਗਿਆ ਤੇ ਕਹਿੰਦੇ ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਜਿਨ ਜਨ ਕਾ ਕੀਨੋ
पूरन वाक जिन्हें साडे बचना ते फुल चढ़ाए ने साडे बचन पूरे कर दते ने जिस गुरु नानक ने अकाल पुरख ने बलहारे जावां उहदे तों। इत्थे तक नहीं, हरण भरण जाका नेत्र भोर, गुरु अर्जन विच गुरु नानक विच इन्नी ताकत है अख अख चमकण दे समें विच दुनिया गर्क कर दवे, चाहे ते दुनिया नू हरिया भरिया कर दवे, उनू मारन वाला कौन पैदा होया है, ते जदों देव ने धोई ते आप ही चौंकड़ा ला के जाण दा समा आया ते तती दवी ते बह गया, मर्जी नाल आया है ते मर्जी नाल जावेगा, बदल मर्जी नाल आउंदे ने, परोपकार करके मर्जी नाल चले जांदे ने, तुहाडे मेरे फूका मारिया थोड़ी उड चले ने जां सद्या आ जाणगे। सत पुरशां दा जीवन, अवतारां दा जीवन मुक्ति प्रदाता है, मुक्त रूहां ने ओ। वेखो आपां गुरु ग्रंथ साहिब दी शान विच बैठे हैं, आरंभ किथों होए हैं, सतगुर की बाणी सत सत घर जाणो गुर सिखो, तुहाडे मेरे मूहों निकले बोल झूठ हो सकदे ने, कढ़िया होया बचन पूरा होवे दी कोई गरंटी नहीं है, पर जो गुरु दे मुखार बिंद चों निकलेगा वो 101 फीसदी पत्थर ते लकीर है, उहदी पूर्ति होवेगी, उहदे बचन दी ताकत है, ते जे उहदा बचन कमा लवोगे ते वाकया ही मनुखा जन्म सफला, झोलियां भर जाणगियां ते लोक ते परलोक सफले हो जाणगे।